ਆ ਮਿਲ ਗਿਆ ਪਿੰਦੀ ਬਾਈ ਪਿੰਦੀ ਤੋਂ ਗੱਲਾਂ ਸੁਣ ਕੇ ਮੈਂ ਮਾਨ ਆ ਗਿਆ ਓਏ ਤੂੰ ਸੁਣ ਤਾਂ ਲੱਗਦਾ ਬਾਈ ਪਿੰਦੀ ਜਿਹਨੇ ਲੱਖਾਂ ਕਰੋੜਾਂ ਰੁਪਇਆ ਕੁੱਤਿਆਂ ਤੋਂ ਕਮਾਇਆ ਬਾਕੀ ਦਾ ਐਵੇਂ ਰੀਸੋਰੀ ਸੀ ਮੇਰੇ ਅਰਕੇ ਲਈ ਫਿਰਦੇ ਆ ਅਸਲ ਨਜ਼ਾਰਾ ਇਹਨੇ ਲਿਆ ਕੁੱਤਿਆਂ ਤੋਂ ਪਿੰਦੀ ਕਿੰਨੇ ਪੈਸੇ ਕਮਾਏ ਕੁੱਤੇ ਤੋਂ ਬਾਈ ਕੀ ਹਾਲ ਹੈ ਹੈਂ ਕੁੱਤਿਆਂ ਤੋਂ ਹੁਣ ਕਿਹੜੇ ਪੈਸੇ ਕਮਾਏ ਆਪਾਂ ਨਹੀਂ ਪਹਿਲਾਂ ਉਦੋਂ ਉਦੋਂ ਕਿੰਨੇ ਕੀ ਕਮਾਏ ਸੀ ਨਹੀਂ ਬਹੁਤ ਦਿੱਤੇ ਬਾਈ ਪਰਮਾਤਮਾ ਦੀ ਕਰਮਾ ਐ ਮੰਨ ਲਾ ਸਾਰਾ ਬਿਜ਼ਨਸ ਹੀ ਕੁੱਤਿਆਂ ਦੇ ਸਿਰ ਤੋਂ ਛੱਟ ਕੀਤਾ ਕੁੱਤਿਆਂ ਦੇ ਸਿਰ ਤੋਂ ਇਹਨੇ ਮੰਨ ਲਓ ਕਰੋੜਾਂ ਦੀਆਂ ਮੈਂ ਸਾਂ ਰੱਖ ਲਈਆਂ ਮਤਲਬ ਮੰਨ ਲਓ ਅੱਜ ਫਾਰਮ ਪਾਏ ਹਨਾ ਇਹ ਸਾਰਾ ਕੋ ਕੁੱਤਿਆਂ ਦੀ ਦੇਣੀ ਕੁੱਤਿਆਂ ਦੀ ਦੇਣਾ ਨਾ ਹਾਂ ਤੇ ਹੁਣ ਕਿਤੇ ਆਪਾਂ ਕੁੱਤੀ ਵੀ ਨਹੀਂ ਸਵਾਈ ਸੇਤੀ ਛੱਡਤੇ ਹਾਂ ਨਹੀਂ ਕਰੀ ਆ ਸਾਰੇ ਬਸ ਉਹੀ ਕੁੱਤੀਆਂ ਬਸ ਸਵਾਈਆਂ ਨਹੀਂ ਵੇਚ ਸਾਇਆ ਹੁੰਦਾ ਵੀ ਖਾਈ ਪੀ ਜਾਂਦੇ ਆ ਘਰੇ ਹੈਗੇ ਆ ਜਰਮਨ ਵੀ ਆ ਅਮਰੀਕਨ ਬੁਲੀ ਆ ਪੁਰਾਣੇ ਜਿਹੜੇ ਇੰਪੋਰਟ ਕੁੱਤੇ ਆ ਉਹ ਵੀ ਹੈਗੇ ਆ ਜਿਵੇਂ ਜਿਵੇਂ ਹੁਣ ਬੁੱਢੇ ਹੋਈ ਜਾਣਗੇ ਆਪਦਾ ਚੱਲੀ ਜਾਣਗੇ ਵਿਚਾਰੇ ਉਹਨਾਂ ਦੀ ਕਦਰ ਰੱਖਾਂਗੇ ਮਤਲਬ ਵੀ ਜਿੱਦੇ ਕੰਮ 'ਚ ਛੱਡਿਆ ਬਸ ਉਹੀ ਛੱਡਤਾ ਸੀਗਾ ਯਾਰ ਵੀ ਉਹ ਫਿਰ ਐਂ ਨਜ਼ਾਰਾ ਜ ਨਹੀਂ ਆਉਂਦਾ ਵੀ ਨਾਲੇ ਮੈਸਾਂ ਕਰਨੀ ਨਾਲੇ ਕੁੱਤਿਆਂ ਕਰਨੀ ਹੈ ਨਾ ਮੱਝਾਂ ਕਿੰਨੀਆਂ ਹੁਣ ਮੱਝਾਂ ਹੈਗੀਆਂ 40-45 ਛੋਟੇ ਵੱਡੇ ਜਾਨਵਰ ਅੱਛਾ ਤੇ ਹੁਣ ਫਿਰ ਕਦੋਂ ਮੇਲਾ ਮੁਕਾਬਲੇ ਹੁੰਦੇ ਹੁੰਦੇ ਮੁਕਾਬਲੇ ਆਪਣੇ ਹੈਗੇ 30 ਨਵੰਬਰ 1-2-3 ਦਸੰਬਰ ਜਿਹੜਾ ਹਾਂ ਜਿਹੜਾ 30 ਨਵੰਬਰ ਨੂੰ ਮਾਨ ਸਾਹਿਬ ਤੇਰੇ ਵੀ ਬਹੁਤ ਵੀਡੀਓ ਵਾਇਰਲ ਹੁੰਦੀ ਹੈ ਜੀ ਹਨਾ ਵੀ ਇੱਕ ਸਾਰੇ ਭਰਾ ਗਾਹਾਂ ਵੀ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ ਤਾਂ ਜਿਹੜਾ 30 ਨਵੰਬਰ ਨੂੰ ਮੁਕਾਬਲੇ ਹੋਣੇ ਆ ਉਹ ਆਪਣੀ 30 ਨਵੰਬਰ ਨੂੰ ਮੱਝਾਂ ਦੀ ਤਾਂ ਐਂਟਰੀ ਹੋਣੀ ਹੈ ਤੜਕੇ 7 ਵਜੇ ਤੋਂ ਲਾ ਕੇ ਸੁਣ ਲਓ ਵੀ ਸ਼ਾਮ ਦੇ 7 ਤੋਂ ਲਾ ਕੇ ਸਵੇਰ ਤੇ ਸ਼ਾਮ ਦੇ 7-9 ਵਜੇ ਤੱਕ ਰਾਤ ਤੱਕ 30 ਨਵੰਬਰ ਨੂੰ ਤੇ ਇੱਕ ਨੂੰ ਮੁਕਾਬਲੇ ਸ਼ੁਰੂ ਹੋਣਗੇ ਉਹ 3 ਤਰੀਕ ਨੂੰ ਵਾਪਸ ਆਉਣਗੇ ਮੱਝਾਂ ਵਾਲੇ ਪਰ ਜਿਹੜੀ ਦੇਸੀ ਗਾਂ ਤੇ ਬੀਟਲ ਬੱਕਰੀ ਆ ਉਹਨਾਂ ਦੇ 30 ਤਰੀਕ ਨੂੰ ਮੁਕਾਬਲੇ ਹੋਣੇ ਆ ਦੂਰ ਵਾਲੇ ਬੰਦੇ ਰਾਤ ਨੂੰ ਵੀ ਪਹੁੰਚ ਸਕਦੇ ਜਗ੍ਹਾ ਵੀ ਦੱਸ ਦੇ ਧਨੌਲਾ ਮੰਡੀ ਧਨੌਲਾ ਮੰਡੀ ਪੁਰਾਣੀ ਮਸ਼ਹੂਰ ਮੰਡੀ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਧਨੌਲਾ ਮੰਡੀ ਪਸ਼ੂ ਮੰਡੀ ਕਿਹਨਾਂ ਦਾ ਪਹਿਲਾਂ ਇਹ ਦੱਸ ਪਹਿਲਾ ਨਾਮ ਤਾਂ ਅੱਗੇ ਵੀ ਟਰੈਕਟਰ ਸੀਗਾ ਪਰ ਇਹ ਹੁਣ ਵੀ ਟਰੈਕਟਰ ਤੋਂ ਸਟਾਰਟ ਹੈ ਕਿਹੜਾ ਵੀ ਬੋਡੀਫਾਈ ਕਰਵਾਈਦਾ ਚੰਗਾ ਟਰੈਕਟਰ ਮਤਲਬ ਫਾਰਮ ਟਰੈਕ ਹੋ ਜਾਂਦੇ ਹਾਂ ਠੀਕ ਹੈ ਫਾਰਮ ਟਰੈਕ ਹੋ ਜਾਂਦੇ ਆ ਬੋਡੀਫਾਈ ਦੋ ਟਰੈਕਟਰ ਹੋ ਗਏ ਤੇ ਉਦੋਂ ਬਾਅਦ ਵਾਲੇ ਜਿਹੜੇ ਵੱਡੇ ਨਾਮ ਹੈ ਉਹ ਸੋਚ ਰਹੇ ਆ ਉਦੋਂ ਬਾਅਦ ਹਜ਼ਾਰਾਂ ਲੱਖਾਂ ਦੇ ਨਾਮ ਹੋ ਜਾਂਦੇ 18-20 ਲੱਖ ਰੁਪਏ ਦੇ ਨਾਮ ਹੋ ਜਾਂਦੇ ਇਕੱਲੇ ਠੀਕ ਹੈ ਮੱਝਾਂ ਦੋ ਨੂੰ ਨੀਲੀ ਰਾਵੀ ਨੂੰ ਵੀ ਟਰੈਕਟਰ ਉਹਨੂੰ ਵੀ ਟਰੈਕਟਰ ਉਦੋਂ ਥੱਲੇ ਹਜ਼ਾਰਾਂ ਰੁਪਇਆ ਥੱਲੇ ਤੱਕ ਜਾਣਾ ਹਨਾ ਸਰਕਾਰ ਨੂੰ ਨਾ ਪਿੰਦੀ ਨੂੰ ਸਨਮਾਨਿਤ ਕਰਨਾ ਚਾਹੀਦਾ ਵੱਡੇ ਪੁਰਸਕਾਰ ਨਾਲ ਇਹਨੇ ਨੌਜਵਾਨਾਂ 'ਚ ਮੱਝਾਂ ਰੱਖਣ ਦਾ ਸ਼ੌਂਕ ਪਾਤਾ ਠੀਕ ਹੈ ਇੱਕ ਢਵਾਲੀ ਦੇ ਵਿੱਚ ਬੈਠਾ 17 ਚਮਕਿਆ ਹੈ ਆਪਦੀ ਮਿਹਨਤ ਦੇ ਨਾਲ ਇਹਦੇ ਕੋਲ ਕਿੰਨੇ ਕਿੰਨੇ ਮੁੱਲ ਦੀਆਂ ਮੱਝਾਂ ਜੇ ਆਪਾਂ ਗੱਲ ਕਰੀਏ ਮੱਝਾਂ ਹੁਣ ਤਾਂ ਬਹੁਤ ਆ ਬਈ ਹੁਣ ਮਗਰ ਜੇ ਝੋਟੀ ਉਦੋਂ ਮੇਲੇ ਤੀ ਹਨਾ ਚੰਗੇ ਜਿਹੜੇ ਨਾਮੀ ਬੰਦੇ ਸੀ ਉਹਨਾਂ ਨੇ ਸਾਰਿਆਂ ਨੇ ਆਈ ਤੀ 14 ਲੱਖ ਲਾਇਆ ਪਹਿਲਾਂ ਮਾਂ ਤੇ ਉਹਦੀ ਤੇ ਲੱਗਿਆ ਸੀ ਇੰਨੇ ਪੈਸੇ ਉਦੋਂ ਬਾਅਦ ਹੁਣ ਉਹ ਝੋਟੀ ਨੇ 2 ਦੰਦ ਸੂ ਕੇ ਬਹੁਤ ਵੱਡਾ ਰਿਕਾਰਡ ਬਣਾਇਆ ਉਹਨੇ ਤੇ 19 ਕਿਲੋ 200 ਗ੍ਰਾਮ ਦੁੱਧ ਦਿੱਤਾ ਉਹਨੇ 19 ਕਿਲੋ 200 ਗ੍ਰਾਮ 300 ਗ੍ਰਾਮ ਸੋਰੀ ਹਾਂਜੀ ਉਹਨੇ ਰਿਕਾਰਡ ਕਰਵਾਇਆ ਫਿਰ ਮੇਲਾ ਵੀ ਜਿੱਤੀ ਉਹ ਮੇਲੇ ਤੇ ਆਪਣੇ ਤੁਹਾਨੂੰ ਪਤਾ ਸਾਰਿਆਂ ਤੋਂ ਵੱਧ ਸਖਤਾਈ ਹੁੰਦੀ ਹੈ ਕੈਮਰੇ ਕੁਮਰੇ ਲੱਗੇ ਹੁੰਦੇ ਆ ਪੂਰਾ ਹਨਾ ਪਿੰਦੀ ਜਿਹੜੇ ਐਂ ਕਹਿੰਦੇ ਹੁੰਦੇ ਆ ਵੀ ਪਿੰਦੀ ਕੋਲ 2-2 ਸਾਲ 3-3 ਸਾਲ ਪਹਿਲਾਂ ਕੱਟੀਆਂ ਦੀ ਬੁਕਿੰਗ ਹੋ ਜਾਂਦੀ ਹੈ ਗੱਲ ਸਹੀ ਹੈ ਕੋਈ ਹਾਂ ਸਹੀ ਹੈ ਬਾਈ ਹਾਂ ਹੋ ਜਾਂਦੀ ਹੈ ਹਾਂ ਮੈਨੂੰ ਰੱਖਣ ਨੂੰ ਨਹੀਂ ਬਚੀਆਂ ਬਾਈ ਇੱਥੇ ਵੀ ਅੱਛਾ ਕਿਉਂਕਿ ਆਪਾਂ ਜਿਹਦੇ ਨਾਲ ਜ਼ਮਾਨ ਕਰ ਲਈ ਫਿਰ ਐ ਹੁੰਦਾ ਆਪਾਂ ਦੀ ਜਿਹੜੀ ਮਰਜ਼ੀ ਮੱਝ ਹੋਵੇ ਹਨਾ ਫਿਰ ਦੇਣੀ ਪੈਂਦੀ ਹੈ ਹਨਾ ਤਾਂ ਉਹ ਪਹਿਲੀ ਹੁੰਦਾ ਹੁਣ 2025 ਜਾ ਕੇ ਸਾਰਿਆਂ ਦੀਆਂ ਪੂਰੀਆਂ ਹੋਣਗੀਆਂ ਹੁਣ ਮੈਂ ਪੈਸੇ ਫੜਨੋਂ ਹਟ ਗਿਆ ਅੱਛਾ ਹੁਣ ਮੈਂ ਮਗਰਲੇ ਸਾਲ ਦੇ ਕਿੰਨੇ ਦੀ ਵੱਧ ਤੋਂ ਵੱਧ ਕੱਟੀ ਹੁਣ ਮੈਂ 24 ਤੱਕ ਕੋਈ ਬੁੱਕ ਨਹੀਂ ਕੀਤੀ ਵੀਰੇ 23-22 ਵਾਲੀਆਂ ਦੀ ਹੈ ਨਾ ਨਹੀਂ ਵੱਧ ਤੋਂ ਵੱਧ ਕਿੰਨੇ ਪੈਸੇ ਦੀ ਕੱਟੀ ਬੁੱਕ ਕਰੀ ਹੈ ਵੱਧ ਤੋਂ ਵੱਧ 3,55,000 ਕੱਟੀ ਜਮ ਦੀ ਇਹਦੂ ਪਹਿਲਾਂ ਹਾਂ ਮੈਂ ਕਾਫੀ ਵੇਚੀਆਂ ਕਿਹ ਦਿਨਾਂ ਤੋਂ ਬਾਅਦ ਦੇ ਦੇਣਾ ਸੂਨ ਤੋਂ ਨਹੀਂ ਸੂਨ ਤੋਂ ਜਿਹੜੀਆਂ ਮੱਝਾਂ ਦੇ ਹਿਸਾਬ ਨਾਲ ਹੈ ਕਈ ਮੱਝਾਂ ਬੜੀਆਂ ਨਰਮ ਹੈ ਅਸੀਂ ਜਾਂਦੇ ਨੂੰ ਬੱਚਿਆਂ ਨੂੰ ਚੁੰਗਣੀ ਤੇ ਲਾ ਲੈਂਦੇ ਆ ਹੌਲੀ ਹੌਲੀ ਮਾਮਾ ਦੁੱਧ 2-5-10 ਦਿਨ ਪੀਂਦੇ ਆ ਫੁੱਲ ਉਦੋਂ ਬਾਅਦ ਚੁੰਗਣੀ ਤੇ ਲੱਗ ਜਾਂਦੇ ਆ ਤੇ ਮਾਮਾ ਤੋਂ ਉਹ 2-2.5 ਮਹੀਨਿਆਂ ਦੇ ਬਾਅਦ ਜੋ ਮਾਂ ਉਹਨੂੰ ਪਾਲਦੀ ਨਹੀਂ ਬੱਚੇ ਨੂੰ ਜਿੱਧਰ ਮਰਜ਼ੀ ਫਿਰਦਾ ਰਹੇ ਉਦੋਂ ਬੱਚਿਆਂ ਨੂੰ ਤੋਰ ਦਿੰਦੇ ਆ ਕਈ ਮਾਮਾ ਹੁੰਦੀਆਂ ਐਂਡ ਤੱਕ ਜਿੰਨਾ ਟਾਈਮ ਦੁੱਧੋਂ ਛੱਡ ਦੇਣੀ ਉਹਨਾਂ ਟਾਈਮ ਉਹ ਬੱਚੇ ਨੂੰ ਦੇਖਣੀ ਦੇਖਣੀ ਆ ਆਪਦੇ ਨੂੰ ਭਾਵਾਂ ਦੀ ਉਹ ਮੱਝ ਦੇ ਕੋਲ ਦੀ ਗੇੜਾ ਦਵਾ ਕੇ ਲੈ ਜਾਓ ਪਰ ਉਹਨੇ ਮਿਲਣਾ ਫਿਰ ਆਪਦੇ ਬੱਚੇ ਨੂੰ ਦੇਖੇ ਤੋਂ ਬਿਨਾਂ ਮਿਲਣਾ ਨਹੀਂ ਤੇ ਇਹਨਾਂ ਦੀ ਮਮਤਾ ਹੁੰਦੀ ਹੈ ਤੇ ਫਿਰ ਉਸ ਹਿਸਾਬ ਨਾਲ ਬੱਚਾ ਜਾਂਦਾ ਵੀਰੇ ਕੋਈ 2-3 ਮਹੀਨਿਆਂ ਦਾ ਤੇ ਕੋਈ ਜਾ ਕੇ ਸਾਲ ਸਵਾ ਸਾਲ ਦਾ ਵੀ ਹੋ ਜਾਂਦਾ ਇਹ ਕੰਮ ਹੈ ਬਈ ਮੈਨੂੰ ਕੋਈ ਮੇਰਾ ਮਿੱਤਰ ਕਹਿੰਦਾ ਯਾਰ ਤੇਰੀ ਲਿਆ ਜਾ ਪਿੰਦੀ ਤੋਂ ਮੈਨੂੰ ਕੱਟੀ ਦਵਾ ਮੈਂ ਕਿਹਾ ਬਾਈ ਉਹਦਾ 3-3 ਸਾਲ ਪਹਿਲਾਂ ਬੁੱਕ ਹੈ ਮਨ ਸਾਹਿਬ ਐ ਹਾਂ ਇੱਕ ਨਾ ਜਿਹੜੀ ਕੱਟੀਆਂ ਦੇ ਵਿੱਚ ਕੁਆਲਿਟੀ ਇੱਕ ਤਾਂ ਆਪਾਂ ਹੁਣ ਵੀ ਕਈ ਵਾਰੀ ਵੀਡੀਓ ਸੁਣਦੇ ਬੰਦੇ ਕਹਿੰਦੇ ਇੱਕ ਤਾਂ ਆਮ ਮੱਝਾਂ ਹੁੰਦੀਆਂ ਇੱਕ ਆਮ ਮੱਝ ਤੋਂ ਜੇ ਮੰਨ ਲਓ ਤੁਸੀਂ ਅੱਜ 12 ਲੀਟਰ ਵਾਲੇ ਟੀਕਾ ਭਰਾਵੋਗੇ 2-2 ਲੀਟਰ ਅੱਪ ਹੁੰਦੀ ਤੁਰੀ ਜਾਊ ਕਈ ਵਾਰੀ ਇਹ ਵੀ ਕੰਮ ਹੁੰਦਾ 2-2 ਲੀਟਰ ਅੱਪ ਕਰਦੇ 3 ਪੀੜੀਆਂ ਤੱਕ ਦੁੱਧ ਤੁਸੀਂ 20-22 ਲੀਟਰ ਲੈ ਜਾਵੋ ਤਾਂ ਉਦੋਂ ਬਾਅਦ ਜਾ ਕੇ ਉਹ ਸਿੱਧੀ ਆਪਦੀ ਨਾਨੀ ਦੇ ਵੱਜੇ ਆ ਕੇ 12 ਲੀਟਰ ਵਾਲੇ ਤੇ ਫੇਰ ਖੜ ਜੇ ਕੰਮ ਹਾਂ ਇਹੀ ਕੰਮ ਹੁੰਦਾ ਵੀਰੇ ਮੱਝਾਂ ਦਾ ਬਰੀਡਿੰਗ ਹਾਂ ਜਿਹੜੀਆਂ ਬਰੀਡਾਂ ਸੰਟੀਆਂ ਹੁੰਦੀਆਂ ਸੋਧੀਆਂ ਹੁੰਦੀਆਂ ਉਹ ਬੰਦੇ ਨੂੰ ਉਹ ਅੱਜ ਵੀ ਮਾਨ ਨਾਲ ਜਿਹੜੇ ਬੰਦਿਆਂ ਦੇ ਘਰੇ ਕੱਟੀਆਂ ਗੰਗਾ ਵਾਂਗਾ ਉਹ ਆਪਾਂ ਨੂੰ ਮਾਨ ਨਾਲ ਕਹਿ ਸਕਦੇ ਆ ਵੀ ਬਾਈ ਜੇ ਪਿੰਦੀ ਦੇ ਘਰੇ ਦਿੱਲੀ ਵਾਲੀਆਂ ਝੋਟੀਆਂ ਦੋ ਦਿੰਦੀਆਂ ਉਹਨਾਂ ਦੀ ਸਗੀ ਭੈਣ ਆਪਣੇ ਕੋਲੇ ਆ ਆਪਣੀ ਜਿਹੜੀ ਵੀ ਕੱਟੀ ਜਾਂਦੀ ਹੈ ਉਹਦੀ ਆਪਾਂ ਬਕਾਇਦਾ ਵੀਡੀਓ ਪਾਉਣੇ ਆ ਕਿਉਂਕਿ ਮੇਰਾ ਆਪਦੇ ਚੈਨਲ ਹੈ ਮੈਂ ਸੂਨ ਤੋਂ ਲਾ ਕੇ ਸਾਰੀਆਂ ਮੱਝਾਂ ਦਿਖਾਉਂਦਾ
ਪਹਿਲੀ ਗੱਲ ਤਾਂ ਖਰੀਦਣੀ ਨਹੀਂ ਹਾਂ ਤੇ ਉਦੋਂ ਬਾਅਦ ਮਾਣ ਆਏ ਆ ਵੀ ਅੱਜ ਤੱਕ ਜਿਵੇਂ ਲੋਕਾਂ ਨੇ ਵੀ ਘੱਟੀਆਂ ਮਹਿੰਗੀਆਂ ਕਿਉਂ ਖਰੀਦੀਆਂ ਵੀ ਉਹੋ ਜਿਹੀ ਨਸਲ ਤੇ ਕਿੰਨੇ ਸਾਲ ਮੱਥਾ ਮਾਰਾਂਗੇ ਆਪਣੇ ਕੋਲੇ ਪਹਿਲੇ ਸਾਲ ਹੀ ਮਤਲਬ ਉਦੋਂ ਦੁੱਗਣਾ ਜਾ ਕੇ ਦੁੱਧ ਕੱਢਣਾ ਸਟਾਰਟ ਕਰਤਾ ਉਹਨਾਂ ਨੇ ਜਿਹੜਾ ਪਹਿਲੇ ਸਾਲ ਜਦੋਂ ਆਪਾਂ ਲੋਕਾਂ ਨੂੰ ਦਿਖਾਇਆ 2.5 ਸਾਲ ਦੀਆਂ ਕੱਟੀਆਂ ਸਵਾ ਕੇ ਲੋਕ ਕਹਿੰਦੇ ਇੰਨਾ ਦੁੱਧ ਨਹੀਂ ਹੁੰਦਾ ਆਪਾਂ ਸਭ ਤੋਂ ਲੰਮੀ ਲੈਬ ਚਵਾਉਣ ਦਾ ਮੇਰੇ ਨਾਲ ਰਿਕਾਰਡ ਹੈ ਮੈਂ ਇੱਕ ਦਿਨ ਸਟਾਰਟ ਕੀਤੀ ਮੈਂ 14-14 ਮਤਲਬ ਡੰਗ 15-15 ਡੰਗ ਮਤਲਬ ਦੋਨੇ ਟਾਈਮ ਦਾ ਦੁੱਧ ਜਿਹੜਾ ਲੈਬ ਚੱਲਦਾ ਦਿਖਾਉਂਦਾ ਰਿਹਾ ਲੋਕਾਂ ਦੇ ਵਿੱਚ ਆਮ ਬਾਹਰੋਂ ਵੀ ਚੈਨਲ ਭਰਾਵਾਂ ਦੇ ਸੱਦੇ ਤੇ ਉਹ ਫਿਰ ਮੇਰੇ ਕੋਲ ਜਿਹੜੀ ਵੀ ਮੱਝ ਹੁੰਦੀ ਸੀ ਉਹਦੀ 'ਚ ਕੱਟੀ ਮੇਰੇ ਕੋਲ 15.5 ਤੋਂ ਲਾ ਕੇ 17.5 ਕਿਲੋ ਤੇ ਕਹੀ ਤੇ ਰਿਕਾਰਡੀ ਤੌਰ ਤੇ 19-1900 ਦਿੱਤਾ ਹਨ ਤੇ ਦੋ ਦੰਦ ਸੂੰਦੀਆਂ ਸੀ ਮੇਰੇ ਕੋਲ 2.5 ਤੋਂ 3.5 ਸਾਲ ਦੀ ਕੱਟੀ ਤੇ ਉਹਨੇ ਫਿਰ ਰਿਕਾਰਡ ਸਾਰੇ ਐਂ ਵੱਡੇ ਵੱਡੇ ਬਣਾਏ ਦੁੱਧ ਹਰ ਮੱਝ ਨੇ ਨੀਲੀ ਦਾ ਵੀ ਸੂਈ ਉਹਨੇ ਵੀ ਦੁੱਧ ਚ ਖਿੱਚ ਜਿੱਤਾ ਸੈਕਟਰੀ ਵਾਲੀ ਮੱਝ ਆ ਉਹ ਬੜਾ ਮੋਹ ਕਰਦਾ ਤੂੰ ਉਹ ਕੀ ਯਾਰ ਉਹ ਪਹਿਲੀ ਮੱਝ ਸੀ ਆਪਣੀ ਅੱਛਾ ਪਹਿਲੀ ਹਾਂ ਉਹਨੇ ਬਹੁਤ ਮੇਲੇ ਜਿੱਤੇ ਮੁਕਾਬਲੇ ਬਹੁਤ ਜਿੱਤਾ ਜੀ ਬਹੁਤ ਜਿੱਤੇ ਹਾਂ ਬਾਈ ਪਹਿਲੇ ਆਉਣ ਸਾਰੀ ਉਹਨੇ ਕੋਈ ਹਰੀ ਨਹੀਂ ਮੁਕਾਬਲਾ ਸੈਕਟਰੀ ਵਾਲੀ ਕਿਉਂ ਕਹਿੰਦੇ ਉਹਨੂੰ ਸੈਕਟਰੀ ਉਹ ਜਿਹੜੀ ਉੱਚੀ ਰੁੜਕਿਆਂ ਤੋਂ ਲਿਆਂਦੀ ਵੀ ਸੀ ਉਹਨਾਂ ਨੇ ਉੱਥੋਂ ਹਰਿਆਣੇ ਦੇ ਵਿੱਚੋਂ ਕੋਈ ਸੈਕਟਰੀ ਹੈ ਬੰਦਾ ਹਾਂ ਨਰਿੰਦਰ ਸੈਕਟਰੀ ਕਹਿ ਜਾਂਦੇ ਉਹਨਾਂ ਤੋਂ ਖਰੀਦੀ ਸੀ ਉਹਨਾਂ ਨੇ 3.5 ਲੱਖ ਦੀ ਉਦੋਂ ਬਾਅਦ ਉਹ ਮੇਲੇ ਤੇ ਬਿਮਾਰ ਹੋ ਗਈ ਮੈਂ ਉਹਨਾਂ ਤੋਂ 2.25 ਲੱਖ ਦੀ ਤੋਕੜ ਖਰੀਦ ਲਈ ਬਾਈ ਦੇਖੋ ਪਿੰਦੀ ਦਾ ਲੱਕ ਕੰਮ ਕਰਦਾ ਬਿਮਾਰ ਮੱਝ ਖਰੀਦ ਕੇ ਵੀ ਮੇਲੇ ਜਿੱਤ ਗਿਆ ਅੱਛਾ ਬਿਮਾਰ ਉੱਥੇ ਖਰੀਦ ਲਈ ਤੂੰ ਨਹੀਂ ਉੱਥੇ ਨਹੀਂ ਉੱਥੋਂ ਉਹਨਾਂ ਨੇ ਘਰੇ ਵਾਪਸ ਕਰਤੀ ਮਿਲਕ ਫਲੀਵਰ ਹੋ ਗਿਆ ਜੀ ਮਾੜਾ ਮੋਟਾ ਮਿਲਕ ਫਲੀਵਰ ਤੇ ਫਿਰ ਪਸ਼ੂ ਨਾ ਦੁੱਧ ਨਹੀਂ ਕੱਢਦਾ ਮੇਲੇ ਤੇ ਬਸ ਇੰਨਾ ਕੁ ਯਕੀਨ ਸੀਗਾ ਜਿਵੇਂ ਦਵਿੰਦਰ ਰਿਸ਼ਤੇਦਾਰ ਆਪਣਾ ਜਾਂਦਾ ਹੁੰਦਾ ਸੀ ਮੇਲੇ ਮੂਲਿਆਂ ਤੇ ਉਹਨਾਂ ਦੇ ਘਰਾਂ ਜਾਂਦਾ ਸੀ ਉਹਨੂੰ ਪਤਾ ਸੀ ਕਿਹੜੀ ਮੱਝ ਦੁੱਧ ਦਿੰਦੀ ਹੈ ਨੈਚਰਲ ਬਸ ਉੱਥੇ ਉਹ ਮੱਝ ਤੇ ਐਂ ਵਿਸ਼ਵਾਸ ਸੀ ਵੀ ਚੱਲ ਇਹਨਾਂ ਕੋਲੇ ਬਿਮਾਰ ਹੋ ਗਈ ਵੀ ਇਹ ਦੁੱਧ ਵਾਲੀ ਮੱਝ ਯਕੀਨ ਨਾਲ 25-26 ਕਿਲੋ ਵਾਲੀ ਵੀ ਆਪਾਂ ਇਹ ਮੱਝ ਲੈ ਲਓ ਤੋਕੜ ਦੇਣ ਸੱਜਰ ਦੇਣ ਫਿਰ ਇਹਨਾਂ ਨੇ ਉਦੋਂ ਬਾਅਦ ਮੇਲੇ ਨਿਗਾਹ ਨੂੰ ਕੇ ਦੇਖ ਕੇ ਸਾਰੇ ਉਦੋਂ ਬਾਅਦ ਤੋਕੜ ਵੇਚੀ ਫਿਰ ਮੈਂ 2.25 ਲੱਖ ਦੀ ਲੈ ਲਈ ਪਹਿਲੀ ਮੱਝ ਸੀ ਹਾਂ 2017 ਜੀ ਲੈਤੀ ਸੀ ਪਹਿਲੀ ਸੀ ਮੇਲਾ ਵੀ ਪਹਿਲਾਂ ਮੇਲਾ ਵੀ ਪਹਿਲਾਂ ਸੀ ਹਾਂ ਬਸ ਉਦੋਂ ਬਾਅਦ ਫਿਰ ਸਾਰੇ ਮਤਲਬ ਮੰਨ ਲਓ ਉਦੋਂ ਬਾਅਦ ਫਿਰ ਮੈਂ ਬਹੁਤ ਮੇਲੇ ਜਿੱਤੇ ਵੱਡੇ ਵੱਡੇ ਨਹੀਂ ਜਿਹੜਾ ਤੈਨੂੰ ਮੰਨ ਲਓ ਕੰਮ ਵਧਾਇਆ ਆਪਦਾ ਇੰਨੀ ਸੋਹਣੀ ਬਾਈ ਇਹਦੇ ਪਿੰਦੀ ਦੇ ਫਾਰਮ ਤੇ ਜਾਓਗੇ ਨਾ ਕਿਸੇ ਜਿਵੇਂ ਹਵੇਲੀ ਤੇ ਆ ਕੇ ਹੁੰਦੇ ਹੋ ਹਨਾ ਪਿੰਦੀ ਜ਼ਿਆਦਾ ਰਹਿੰਦਾ ਵੀ ਉੱਥੇ ਹੀ ਆ ਘਰ ਵਾਂਗੂ ਉੱਥੇ ਬਣਾਇਆ ਸਿਸਟਮ ਪਿੰਦੀ ਜਿਹੜਾ ਤੈਨੂੰ ਸ਼ੌਂਕ ਆ ਕੰਮ ਵਧਾਉਣ ਦਾ ਪਿਆ ਮੇਲੇ ਜਿੱਤਣ ਦਾ ਕਾਰਨ ਬਣੇ ਜਾਂ ਕਿਹੜੀ ਗੱਲ ਕਾਰਨ ਜਾਂ ਪੈਸੇ ਕਾਰਨ ਜਾਂ ਕਾਹਦਾ ਕਾਰਨ ਵੀ ਤੇਰਾ ਸ਼ੌਂਕ ਵਧਿਆ ਨਹੀਂ ਸਭ ਤੋਂ ਸ਼ੌਂਕ ਤਾਂ ਬਦਲਣ ਦਾ ਇਹੀ ਕੰਮ ਹੁੰਦਾ ਸੀ ਇੱਕ ਤਾਂ ਮੈਨੂੰ ਛੋਟੇ ਹੁੰਦੇ ਤੋਂ ਆਪਾਂ ਜਿਵੇਂ ਆਪਾਂ ਕਹਿੰਦੇ ਸੀ ਕਈ ਵਾਰੀ ਯਾਰ ਮਿੱਤਰ ਹੁੰਦੇ ਆ ਜਿਵੇਂ ਤਕੜੇ ਘਰਾਂ ਦੇ ਵੀ ਹੁੰਦੇ ਵਿੱਚ ਜਦੋਂ ਮੇਲਿਆਂ ਮੂਲਿਆਂ ਤੇ ਜਾਣਾ ਆਪਣੇ ਕੋਲ ਉਸ ਹਿਸਾਬ ਨਾਲ ਮਾਂ ਪਿਓ ਨੇ ਪੈਸੇ ਦੇਣੇ ਉਹਨਾਂ ਨੂੰ ਉਸ ਹਿਸਾਬ ਨਾਲ ਉਦੋਂ ਐਂ ਜਿਹਾ ਹੁੰਦਾ ਹੁੰਦਾ ਸੀ ਯਾਰ ਵੀ ਕੋਈ ਕੰਮ ਇਹੋ ਜਿਹਾ ਹੋਵੇ ਆਪਦੇ ਠੀਕ ਆ ਵੀ ਮੰਗਣਾ ਨਾ ਪਵੇ ਗਿਆ ਠੀਕ ਆ ਪਹਿਲਾਂ ਤਾਂ ਦਿਮਾਗ 'ਚ ਹੀ ਰਹਿੰਦਾ ਰਿਹਾ ਮੈਂ ਛੋਟੇ ਹੁੰਦੇ ਤੋਂ ਲਾ ਕੇ ਕੋਈ ਨਾ ਕੋਈ ਚੀਜ਼ ਮੈਂ ਪਾਲਦਾ ਰਿਹਾ ਵੀ ਪਹਿਲੋਂ ਅੱਜ ਸ਼ੁਰੂ ਤੋਂ ਜਿਹਦੇ ਕੋਲ ਇਹ ਚਿੜੀਆਂ ਹੁੰਦੀਆਂ ਨਹੀਂ ਸੀ ਇਹ ਵੀ ਆਪਣੇ ਸਾਰੇ ਇਹ ਸਭ ਤੋਂ ਸ਼ੁਰੂ 'ਚ ਮੈਂ ਹੀ ਲਿਆਇਆ ਸੀ ਵੀ ਆਪਣੇ ਪੰਜਾਬ 'ਚ ਅੱਛਾ ਚਿੜੀਆਂ ਬਹੁਤ ਹਾਂ ਹਜ਼ਾਰਾਂ ਜੋੜੇ ਵੇਚਦਾ ਸੀ ਮੈਂ ਬਹੁਤ ਜ਼ਿਆਦਾ ਅੱਛਾ ਚਿੜੀਆਂ ਤੋਂ ਸ਼ੁਰੂ ਕਰਿਆ ਉਦੋਂ ਬਾਅਦ ਫਿਰ ਮੈਂ ਕੁੱਤਿਆਂ 'ਚ ਆਇਆ ਕੁੱਤੇ ਮੇਰੇ ਮਸ਼ਹੂਰ ਹੋ ਗਏ ਉਹਨਾਂ 'ਚ ਨਾਂ ਹੋ ਗਿਆ ਫਿਰ ਮੈਂ ਇਹਨੂੰ ਮਖਾ ਯਾਰ ਹੁਣ ਜੋੜਾ 300 ਦਾ ਕੀ ਵੇਚਾਂਗੇ ਹਨਾ ਛੱਡ ਪਰੇ ਹੁਣ ਬੱਚਾ ਕਿੱਥੇ ਮਹਿੰਗਾ 50-50 ਹਜ਼ਾਰ ਦਾ ਵਿਕਣ ਲੱਗ ਗਿਆ ਫਿਰ ਉਦੋਂ ਬਾਅਦ ਮੁੱਲ ਹੁਣ ਮਹਿੰਗੇ ਕੁੱਤੇ ਆਉਂਦੇ ਗਏ ਬਾਹਰੋਂ ਜਿੰਨਾ ਮਹਿੰਗਾ ਕੁੱਤਾ ਹੁੰਦਾ ਸੀ ਉਨੀ ਫੀਸ ਮਹਿੰਗੀ ਬੱਚਾ ਮਹਿੰਗਾ ਫੀਸਾਂ ਨਾਲ ਤੂੰ 90 ਲੱਖ ਕਮਾ ਲਿਆ ਸੀ ਕਿ 60 ਲੱਖ ਹਾਂ 66 ਲੱਖ ਉਹ ਦੂਜਾ ਕੁੱਤਾ ਜਿਹੜਾ ਘਰੇ ਆਪਣੇ ਲਈ ਜਿਹੜਾ ਹੁਣ ਤਾਂ ਬੁੜਾ ਹੋ ਗਿਆ ਹਾਂ ਉਹਨੇ 68 ਲੱਖ ਲੀ ਬੋਏ ਹਾਂ ਲੀ ਬੋਏ ਕੁੱਤਾ ਇਹਦੇ ਕੋਲੇ ਬਾਈ ਇਹਨੇ 68 ਲੱਖ ਇੱਕ ਚੀਜ਼ ਹੋਰ ਵੀ ਹੈ ਬਾਈ ਉਹ ਤਾਂ ਦੇਖ ਉਹਦੀ ਜਵਾਨੀ ਵਾਲੀ ਆਪਾਂ ਲੋਕਾਂ ਨੂੰ ਦੱਸਿਆ ਸੀ ਨਾ ਵੀ ਆਪਣੀਆਂ ਜਦੋਂ ਇੰਟਰਵਿਊ ਚੱਲਦੇ ਕੁੱਤਿਆਂ ਦੇ ਵਿੱਚ ਉਦੋਂ ਸਭ ਤੋਂ ਵੱਡਾ ਨਾਂ ਵੀ ਆਪਣਾ ਹੀ ਆ ਕੁੱਤਿਆਂ 'ਚ ਉਦੋਂ ਬਾਅਦ ਅਮੈਰੀਕਨ ਬੁਲੀ ਕੁੱਤਿਆਂ ਦੀਆਂ ਮੀਟਿੰਗਾਂ ਇੰਨੀਆਂ ਉਹਨਾਂ ਕਰਾਂਗਾ ਉਹ ਇੱਕ ਮੌਕਾ ਸੀਗਾ ਪੌਣੇ 2 ਸਾਲ ਉਦੋਂ ਬਾਅਦ ਜਿਹੜੀਆਂ 4-2 ਤਾਂ ਹੁਣ ਵੀ ਕੁੱਤੀ ਸੂਣ ਵਾਲੀ ਹੈ ਠੀਕ ਹੈ ਉਹਨਾਂ ਤੋਂ ਹੁਣ ਭੌਂਦੀ ਬੜੀ ਚੰਗੀ ਕੁੱਤੀ ਆ ਮੈਂ ਬੱਚਾ ਲਊਂ ਪਰ 50,000 ਤਾਂ ਹੈਗਾ ਨਾ ਇਹ ਅੱਜ ਤੱਕ ਕਿਤੇ ਆਪਾਂ ਲਿਖਣੀ ਨਹੀਂ ਉਦੋਂ ਬਾਅਦ ਬਸ ਉਹ ਜਦੋਂ ਉਹ ਕੰਮ ਦੇ ਵਿੱਚ ਸਪੈਸ਼ਲੀ ਸੀ ਫਿਰ ਲਿਖਣੀ ਪੈਂਦੀ ਸੀ ਵੀ ਇਹਦੇ ਕਿੰਨੀ ਫੀਸ ਜਾਂ ਬਾਅਦ 'ਚ ਲੈਣੀ ਹੈ ਜਾਂ ਅੱਧੀ ਦਿੱਤੀ ਉਹਨੇ ਪਹਿਲਾਂ ਜਾਂ ਚੈੱਕ ਦਿੱਤਾ ਕੱਲੀ ਚੀਜ਼ ਕਾਪੀ ਤੇ ਲਿਖਣੀ ਪੈਂਦੀ ਸੀ ਉਹ ਤਾਂ ਉਹਨਾਂ ਦੀ ਹਿਸਾਬ ਹੈ ਬਸ ਵੀ ਆਹ ਬੰਦਾ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਜੰਮੂ ਕਨੂੰ ਆਇਆ ਕੋਈ ਹਿਮਾਚਲ ਕਨੂੰ ਬਸ ਹਾਂ ਜਿਹੜੇ ਮੌਕੇ ਤੇ ਕੰਮ ਕੀਤਾ ਪਰ ਜਦੋਂ ਇਹ ਕੰਮ 'ਚੋਂ ਘੱਟ ਗਏ ਮੱਝਾਂ 'ਚ ਵੱਧ ਗਏ ਹੈਗੇ ਉਦੋਂ ਉਹ ਟਾਮੇਟਲੇ ਬੰਦੇ ਆਉਂਦੇ ਕੁੱਤੀ ਲਵਾਉਣੀਆਂ ਕੁੱਤੀ ਲਵਾਉਣੀਆਂ ਉਹ ਤਾਂ ਆਪਾਂ ਅੱਜ ਤੱਕ ਲਿਖੀ ਨਹੀਂ ਕਿਤੇ ਮੈਨੂੰ ਇੱਕ ਗੱਲ ਤੋਂ ਸਿੱਧ ਹੁੰਦੀ ਹੈ ਜੇ ਤੁਹਾਡਾ ਬੱਚਾ ਕੋਈ ਮੰਨ ਲਓ ਆਪਣਾ ਬੱਚਾ ਘਰ ਦਾ ਕੋਈ ਸ਼ੌਂਕ ਰੱਖਦਾ ਕੋਈ ਪਾਲਦਾ ਕੋਈ ਕੁੱਤਾ ਕੋਈ ਬੱਕਰੀ ਕੋਈ ਕੁਛ ਵੀ ਪਾਲਦਾ ਉਹਨੂੰ ਰੋਕੋ ਨਾ ਮਨ ਬਾਈ ਅੱਗੇ ਜਾਣ ਦਿਓ ਪਿੰਦੀ ਨੂੰ ਉਹ ਸ਼ੌਂਕ ਕਿੱਥੇ ਲਿਆ ਆ ਦੇਖੋ ਇਹ ਚੀਜ਼ ਹੈ ਮੈਂ ਦੇਖਿਆ ਮਾਂ ਪਿਓ ਬਈ ਆਪਣਾ ਕੀ ਕਰਦਾ ਹੁਣ ਆਪਾਂ ਦੇਖਿਆ ਬੱਚਿਆਂ ਨੂੰ ਜੇ ਬੱਚੇ ਖੋਲਣੀ ਕੋਲੀ ਜਾਣਗੇ ਇੱਧਰ ਆ ਜਾ ਇਹ ਤਾਂ ਲੱਤ ਮਾਰੂ ਹਾਂ ਸੌਂਕਾਂ ਦੀ ਘਰ ਦੇ ਤਾਂ ਗੁੱਸੇ 'ਚ ਚਪੇੜ ਮਾਰ ਦੇਣਗੇ ਪਰ ਨਿੱਕੇ ਜਿਹੇ ਜਵਾਕ ਦੇ ਨਾ ਪਸ਼ੂ ਛੇਤੀ ਡਰੋਕਲ ਪਸ਼ੂ ਕੋਲੇ ਤਾਂ ਆਪਾਂ ਆਪ ਵੀ ਨਹੀਂ ਜਾਂਦੇ ਹੁੰਦੇ ਜਿਹੜੇ ਆਮ ਪਸ਼ੂ ਘਰਾਂ 'ਚ ਪਲੇ ਹੁੰਦੇ ਉਹ ਬੱਚਿਆਂ ਦੇ ਉੱਤੇ ਬਹੁਤ ਸਾਵਧਾਨੀ ਵਰਤਦੇ ਆ ਉਹ ਪਸ਼ੂ ਕਿਤੇ ਡਰੇ ਡੁਰੇ ਤੋਂ ਭਾਂਦੀ ਕਿਤੇ ਪੈਰ ਧਰ ਦੇਣ ਤਾਂ ਆਪਣੇ ਦੇ ਵੀ ਧਰ ਸਕਦੇ ਆ ਬਿਲਕੁਲ ਆਪਾਂ ਆਟੋਮੈਟਿਕ ਜਵਾਕਾਂ ਨੂੰ ਰੁਕੀ ਜਾਂਦੇ ਜੇ ਨਾ
पर उतों सोचीदा भी जो असी ब्रीडिंग के होर पंजाब दे विच भी उहदे नाल दे मुर्गे लिया के बहुत भरा गए जिन्हों का बच्चा जो पट्ठा वो बेचते हैं भी वह 15-20 हज़ार रुपए का एक पट्ठा बेचते हैं तो जे वो उही जी मुर्गी तो 50 बच्चे भी साल के तैयार करते हैं तो तू देख लैड़ा 20-25 हज़ार का शौक उन्होंने किन्ने पैसे दिता ठीक है। तो इवें जिकरी बकरी है हूँ बकरी का जरा पिंड जी भी पाली जाता बेचारा तो एक बकरी आँदी तुंग वाली पूरी सिरे की मंडी से ठीक है। वह बकरी वाला बई 1.5 लाख तो घट नहीं मंगता बिल्कुल ठीक है। मझ जिन्ना मुल दी 1.25 लाख तो घट बेचता नहीं ठीक है। कितने देखो ब्रीड के काम आ गए ना काखी उन्हें खाधे काखी उन्हें खाधे खुराक माड़ी नू भी पाई खुराक चंगी नू भी पाई एक गल ही है बस बच्चे ही उन्हें दिता बच्चे ही उन्हें दिता पर उहदा बच्चा जांदा 20-25 हज़ार का बुक है तो जिहड़ी दूजी है घर वाली वह तू 6 महीने का पालेंगा जे वजन हो गया तो बिक जू जे माड़ा जा रहेगा नहीं विकना है ना। यही गल मझां च आ गई यही गल घोड़िया च आ गई हुण घोड़ी पिंडां च आम भी अपने 60-65 हज़ार बसेरा जमदे 4-5 हज़ार का बेचते हैं मंडी से जो बछेरी जमदी है तो 60-70 हज़ार की बेचते हैं पर एक घोड़ी किसी के घर हो जी है जो बछेरा मां जमदे ता भी उन्होंने जाके 4-5 लाख का स्टार्टिंग होंगे जो बछेरी जमदी है तो 8-10 लाख तो स्टार्ट होंगी है। ये फर्क की होंगे गल समझा फर्क यही है भी आम बंदा अपना जोड़ा चीज़ है वह समझने की बजाय ज्यादा भी हजे भी मतलब वह दूजे की गप ते यकीन मनदा है उन्हें जो आप नहीं कर सकता उन्हें देखने ऐ लगता जेड़े तो भरा हजे नहीं पता उन्होंने तो बाहर गए नहीं वह तो चल उन्होंने बोलने का भी हक है जो देखे नहीं बेचारे ने कई कई भरा अज तक भी ए मान ला भी अणदेखों देखा करते हैं उन्होंने पता होंगे भी किहड़ा काम बेचना है वह मतलब वह काम से ब्रीडिंग से काम ही नहीं करना चाहते वीरे जो काम नहीं करना चाहते ब्रीडिंग के उत्ते फिर बस उन्होंने को बड़े बड़े गप मारी जाते आए हैं ब्रीडिंग किमें होजू ए मझ किमें होजू पर नहीं जो तुम मझा च घोड़िया के आवोगे होर आवोगे देसी मुर्गियां च आवोगे देसी मुर्गे वाले 100 मुर्गा पाल सकता बंदा हरेक 100-150 मुर्गी पाल सकता अच्छ 15 रुपये का अंडा पिंड 20 का देंगे ठीक है। वो भी दे सकते देसी अंडे पाले नहीं थे ठीक है। तो 20 रुपये का अंडा जो पिंड आप भी पालते हैं मैं 20 रुपये का लिया बी देसी अंडा जो पता गा भी फीड तो बिना पालते वो तो जो तुम आके थोड़े को 100 मुर्गी है 20 रुपये का अंडा दी है 100 मुर्गी 2000 का लै अंडा हो गया तो 500 के दाने खवा के दिखाओ तुम देसी ठीक है। कख वढ़ के पाते बंदे आउंदे नहीं बई काम दे विच तां कुछ भी काम करदे जिहड़े जवाक भी लै स्कूलों आके उहदे प्यो ने कहता लै पुत मैं तां इत्थों मंगू अगे तू मैथों मंगदा सी आ मुर्गे रख के दे सांभ ला तू 100 मुर्गी है ठंड च दे अंडे बेचा करांगे 500-400 दा खा के उहने 1000-1500 च कीनण देना मुर्गी ने ते उहनू लालच पाओ जवाक जिहड़ा खुट्टा भी आप सुंभरे ते नाले उहनू ए हो जाए भी मैं तां रोज क्योंकि जवाकां नू चल जे पैसे दा नहीं पता उहनू ए तां हो भी मैं डैडी नू रोज फड़ाउणा ठीक है। नाले जवाक नू 5000 रुपया दिओ जे कोई शौक है जे कहिंदा मैं मोबाइल लिआउणा कोई गल नहीं पुत उमर है नहीं तू होर चीज़ लै ला उहते सों कदे 2 पैसे लाओ बच्चों नू मतलब गोरिआं वांगू पुछ पाओ गोरे की करदे आ दिहाड़ी भी कराउंदे आ काम कराउंदे आ वीरे उह काम करा के जवाकां नू कहिंदे आ भी देख पुत तू स्कूल जाणा स्कूल जाके अपने जिहड़े पुराने इंडियन वह भी आई कराउंदे जिहड़े यार दोस्त सानू दसदे अज तक जिन्हां नाल गल हुंदी है ठीक है। भी बई तुसीं स्कूल जाना पुत स्कूल जाना तुसीं जाओ तुसीं आ जे जो अपने घर आ कोई बेरी तोड़ने जां करनी है जिन्नी तुसीं भी आपां लेबर नूं दिंदे आ जिन्नी तुसीं तोड़ लिओ पैसे तुहाडे आ वो बच्चे खुशी हो गए नाल तां स्कूलों आउंदे 5-5, 4-4 टोकरियां तोड़ियां किसी ने कम करता जवाकां नूं की हुंदा एक्स्ट्रा 20-30 डालर कमाई जांदे उह कहिंदे आ भी असीं नाल तां पढ़दे आ ते नाले असीं महीने दी 1000 डालर कमाई करदे आ ठीक है। 1000 डालर बहुत वड्डी गल आ बाहरले पासे कहिंदे होर तां सारे जानवर रख ले घोड़ी दा शौक नहीं पिया नहीं घोड़ियां छोटे नूं शौक आ पहलां तों हां मैनूं कहे डर लगदा हां घोड़ी तों हां उहीं कुदरती डर लगदा ते उह छोटे कोले अपने कोले घोड़ियां बाबा हैगियां जल्दी पिंदी दे फार्म ते जावांगे तुहानू दिखावांगे हवेली ते मज्जां सारियां ठीक है जुड़े रहो साडे नाल ते पिंदी अज डॉग साहब ते आया इत्थे इहनू विशेष सन्मानित करना मेन मुख बंदा है ਨਹੀਂ ਇਹ ਸਭ ਆਪੇ ਹੀ ਕਰਵਾਉਣੇ ਹੁੰਦੇ ਰਲ ਕੇ ਯਾਰ ਦੋਸਤ ਸਾਰੇ ਤੇ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ।